ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਦੇ ਨਿਮਰਤਾ ਸਾਹਿਬ ਬੇਨਤੀ ਕਰਦੇ ਹਾਂ ਚਰਨਾਂ ਦੇ ਵਿੱਚ ਕਿ ਜੋ ਕਾਰ ਸੇਵਾ ਤਰਨ ਤਾਰਨ ਬਾਬਾ ਜਗਤਾਰ ਸਿੰਘ ਜੀ ਹੋਣਾ ਵੱਲੋਂ 31 ਮਾਰਚ ਨੂੰ ਦਰਸ਼ਨੀ ਡਿਓੜੀ ਢਾਹ ਢੇਰੀ ਕਰ ਦਿੱਤੀ ਗਈ ਸੀ, ਉਸ ਦਰਸ਼ਨੀ ਡਿਓੜੀ ਦੇ ਸੰਬੰਧ ਦੇ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ 1 ਅਪ੍ਰੈਲ ਤੋਂ ਨਿਰੰਤਰ ਲਗਾਤਾਰ ਧਰਨਾ ਚੱਲ ਰਿਹਾ। ਇਸ ਧਰਨੇ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ, ਸੰਗਤਾਂ ਦੇ ਵਿੱਚ ਲੋਕ ਲਹਿਰ ਬਣਾਉਣ ਵਾਸਤੇ ਕੱਲ੍ਹ 30 ਤਰੀਕ ਨੂੰ, ਕੱਲ੍ਹ 30 ਅਪ੍ਰੈਲ ਵਾਲੇ ਦਿਨ ਸਵੇਰੇ 11 ਵਜੇ DC ਤਰਨ ਤਾਰਨ ਨੂੰ ਇੱਕ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ, ਸਿੱਖ ਸੰਪਰਦਾਵਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ, ਜਿਸ ਸੰਬੰਧ ਵਿੱਚ ਅਸੀਂ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਅਤੇ ਸਮੁੱਚੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕਰਕੇ, ਸੀਸ ਝੁਕਾ ਕਰਕੇ ਇਹ ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਦੇ ਅਸਥਾਨ 'ਤੇ ਸਵੇਰੇ ਤਰਨ ਤਾਰਨ ਦਰਬਾਰ ਸਾਹਿਬ ਦਰਸ਼ਨੀ ਡਿਓੜੀ ਬਾਜ਼ਾਰ ਵਾਲੇ ਬੰਨੇ ਆਰੰਭਤਾ ਜਿਹੜੀ ਆ ਰਵਾਨਗੀ ਇੱਥੋਂ ਮਾਰਚ ਦੀ ਸਵੇਰੇ 11 ਵਜੇ ਠੀਕ ਹੋਵੇਗੀ ਅਤੇ ਆਪ ਜੀ ਸਰਬੱਤ ਸਿੱਖ ਸੰਗਤਾਂ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ, ਪ੍ਰੋਗਰਾਮ ਬਹੁਤ ਜ਼ਿਆਦਾ ਕੀਮਤੀ ਆ, ਵਿਸ਼ਾ ਬਹੁਤ ਕੀਮਤੀ ਆ, ਸਾਡੇ ਪੁਰਾਤਨ ਇਤਿਹਾਸ ਨੂੰ ਬਚਾਉਣ ਦਾ ਇੱਕ ਉਪਰਾਲਾ ਆ ਸਿੱਖ ਸੰਗਤਾਂ ਵੱਲੋਂ, ਜੋ ਆਪ ਸਰਬੱਤ ਸਿੱਖ ਸੰਗਤਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਜਿੰਨੀਆਂ ਵੀ ਸਿੱਖ ਸੰਗਤਾਂ ਇਹ ਵੀਡੀਓ ਵੇਖ ਰਹੀਆਂ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ, ਹੋਰ ਗਰੁੱਪਾਂ ਦੇ ਵਿੱਚ ਵੀ ਭੇਜੋ, ਅਤੇ ਜਿੰਨੀਆਂ ਵੀ ਸਿੱਖ ਸੰਗਤਾਂ ਇਹ ਵੀਡੀਓ ਵੇਖਣਗੀਆਂ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾਉਂਦਿਆਂ, ਨਤਮਸਤਕ ਹੁੰਦਿਆਂ ਕੱਲ੍ਹ 11 ਵਜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਸਥਾਨ 'ਤੇ ਦਰਸ਼ਨੀ ਡਿਓੜੀ ਵਾਲੇ ਜਗ੍ਹਾ 'ਤੇ ਬਾਜ਼ਾਰ ਬਾਹੀ 'ਤੇ 11 ਵਜੇ ਮਾਰਚ ਦੀ ਆਰੰਭਤਾ ਹੋਣੀ ਆ। ਤੁਸੀਂ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਅਸੀਂ ਆਪ ਸਰਬੱਤ ਸਿੱਖ ਸੰਗਤਾਂ ਦੇ ਆਸ ਭਰੇ ਹੁੰਗਾਰੇ ਦੀ ਉਡੀਕ ਦੇ ਵਿੱਚ ਆਪ ਜੀ ਦਾ ਇੰਤਜ਼ਾਰ ਕਰਾਂਗੇ, ਤਹਿ ਦਿਲੋਂ ਆਪ ਜੀ ਦਾ ਧੰਨਵਾਦ ਵੀ ਕਰਾਂਗੇ ਕਿ ਜਿਹੜੀਆਂ ਸਿੱਖ ਸੰਗਤਾਂ ਸਾਡੇ ਦਿੱਤੇ ਪਿਆਰ ਭਰੇ ਸੁਨੇਹੇ ਨੂੰ ਪ੍ਰਵਾਨ ਕਰਦਿਆਂ ਕੱਲ੍ਹ ਵਾਲੇ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਹਾਜ਼ਰ ਹੋਣਗੀਆਂ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।